ਦੋਸਤੋ 31 ਜੁਲਾਈ 1940 ਨੂੰ ਸ਼ਹੀਦ ਉਦਮ ਸਿੰਘ ਦੀ ਸ਼ਹੀਦੀ ਹੋਈ ਉਹਨਾਂ ਨੂੰ ਫਾਂਸੀ ਦਿੱਤੀ ਗਈ ਮਸਲਾ ਇਹ ਸੀ ਕਿ ਉਹਨਾਂ ਦੇ ਅੰਦਰ ਇੱਕ ਅੱਗ ਚੱਲਦੀ ਸੀ ਕਿ ਜਿਹੜੀ ਉਹਨਾਂ ਨੇ 1919 April ਦੇ ਵਿੱਚ ਜਿਹੜਾ ਸਾਕਾ ਹੋਇਆ ਸੀ ਜਲਿਆਂਵਾਲਾ ਬਾਗ ਦਾ ਉਸ ਸਮੇਂ ਨੂੰ ਉਹਨਾਂ ਨੇ ਅੱਖੀਂ ਹੰਡਾਇਆ ਸੀ ਉੱਥੇ ਦੇ ਜਿਹੜੇ ਪੀੜਤ ਸੀ ਉਹਨਾਂ ਨੂੰ ਮਲਮ ਪੱਟੀ ਕੀਤਾ ਸੀ ਲੋਕਾਂ ਦੀਆਂ ਜਿਨ੍ਹਾਂ ਦੀਆਂ ਸ਼ਹਾਦਤਾਂ ਹੋਈਆਂ ਸੀ ਉਹਨਾਂ ਦੀਆਂ ਲਾਸ਼ਾਂ ਪਹਿਚਾਣਨ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਸੀ ਬਚਪਨ ਬਹੁਤ ਸਾਰਾ ਉਹਨਾਂ ਦਾ ਮੁਸੀਬਤਾਂ ਦੇ ਵਿੱਚ ਗਿਆ ਮਾਤਾ ਪਿਤਾ ਦੀ ਜਲਦੀ ਮੌਤ ਹੋ ਗਈ ਭਰਾ ਦੀ ਵੀ ਮੌਤ ਹੋ ਗਈ ਬਿਮਾਰੀ ਦੀ ਤੇ ਚੱਲਦੇ ਉਸ ਤੋਂ ਬਾਅਦ ਲਗਾਤਾਰ ਉਹਨਾਂ ਨੇ ਸੰਘਰਸ਼ ਦਾ ਰਾਹ ਉਲੀਕਿਆ ਤੇ ਉਹਨਾਂ ਦੇ ਜਦੋਂ ਇਸਤਾਕਾ ਹੋਇਆ ਜਲਿਆਂ ਵਾਲੇ ਬਾਗ ਦਾ ਉਹਨਾਂ ਦੇ ਅੰਦਰ ਇੱਕ ਚਿੰਗਾਰੀ ਜਾਗੀ ਸੀ ਕਿ ਗੋਰੀ ਹਕੂਮਤ ਦੇ ਖਿਲਾਫ ਬਗਾਵਤ ਕਰਨੀ ਹੈ ਤੇ ਬਦਲਾ ਲੈਣਾ ਉਸ ਵਕਤ ਦੀ ਜਿਹੜੀ ਉਹ ਬਗਾਵਤ ਪੈਦਾ ਹੋਈ ਸੀ ਜਾਂ ਹਕੂਮਤ ਦੇ ਖਿਲਾਫ ਜਿਹੜੀ ਚਿੰਗਾਰੀ ਉਹਨਾਂ ਦੇ ਅੰਦਰ ਬਲੀ ਉਹਦਾ ਬਦਲਾ ਉਹਨਾਂ ਨੇ 13 ਮਾਰਚ 1940 ਨੂੰ ਮਾਈਕਲ ਓਡਵਾਇਰ ਨੂੰ ਮਾਰ ਕੇ ਲਿਆ ਜਦੋਂ ਉਹਨਾਂ ਨੇ ਇੱਕ ਮੀਟਿੰਗ ਦੇ ਦੌਰਾਨ 6 ਦੀਆਂ 6 ਗੋਲੀਆਂ ਉਹਨਾਂ ਤੇ ਦਾਗ ਦਿੱਤੀਆਂ ਤੇ ਖੁਦ ਸਰੈਂਡਰ ਕਰ ਦਿੱਤਾ ਇਸ ਘਟਨਾ ਤੋਂ ਬਾਅਦ ਉਹਨਾਂ ਨੂੰ 1940 ਦੇ ਵਿੱਚ ਜਾਨਕੀ 31 ਜੁਲਾਈ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਅੱਜ ਇਸ ਵਿਸ਼ੇ ਨੂੰ ਲੈ ਕੇ ਨੌਜਵਾਨਾਂ ਦੇ ਵਿੱਚ ਵਿਚਰਾਂਗੇ ਪੁੱਛਾਂਗੇ ਕਿ ਉਹਨਾਂ ਨੂੰ ਕਿੰਨਾ ਕੁ ਯਾਦ ਹੈ ਸ਼ਹੀਦ ਉਧਮ ਸਿੰਘ ਦੀ ਸ਼ਹੀਦੀ ਦਾ ਦਿਨ ਯਾਦ ਵੀ ਹੈ ਜਾਂ ਨਹੀਂ ਤੇ ਨਾਲ ਦੀ ਨਾਲ ਇਹ ਵੀ ਪੁੱਛਾਂਗੇ ਕਿ ਸ਼ਹੀਦ ਉਧਮ ਸਿੰਘ ਬਾਰੇ ਉਹ ਕਿੰਨੀ ਕੁ ਜਾਣਕਾਰੀ ਰੱਖਦੇ ਨੇ ਕੀ ਨਾਮ ਜੀ ਤੁਹਾਡਾ ਮਾਈ ਨੇਮ ਇਜ਼ ਨਵਰ 31 ਜੁਲਾਈ ਦੇ ਦਿਨ ਤੁਹਾਨੂੰ ਯਾਦ ਆ ਅੱਜ ਕੀ ਹੋਇਆ ਸੀ ਹਾਂਜੀ ਹਾਂਜੀ ਸਾਡੇ ਬੜੇ ਹੀ ਯਾਦਗਾਰ ਪਲ ਨੇ ਇਸ ਦਿਨ ਦੇ ਨਾਲ ਜੁੜੇ ਹੋਏ ਸ਼ਹੀਦ ਉਦਮ ਸਿੰਘ ਜੀ ਦਾ ਅਜ ਸ਼ਹੀਦੀ ਦਿਵਸ ਤੇ ਜਿਨ੍ਹਾਂ ਨੂੰ ਯਾਦ ਕਰਦੇ ਆਂ ਅਸੀਂ ਇਸ ਦਿਨ ਦੇ ਵਿੱਚ ਔਰ ਸ਼ਰਧਾਂਜਲੀ ਅਰਪਿਤ ਕਰਦੇ ਆਂ ਕਿ ਉਹਨਾਂ ਨੇ ਆਪਣੀ ਇੱਕ ਅਣਖ ਦੇ ਲਈ ਇੱਕ ਜਿਹੜਾ ਉਸ ਦਿਨ ਦੇ ਵਿੱਚ ਜਲਿਆਂ ਵਾਲੇ ਬਾਗ ਦੇ ਵਿੱਚ ਕਾਂਡ ਹੋਇਆ ਸੀ ਉਹਦੀ ਇੱਕ ਸੌਹ ਚੁੱਕੀ ਸੀ ਜਿਹਨੂੰ ਉਹਨਾਂ ਨੇ ਜਾ ਕੇ ਇੰਗਲੈਂਡ ਦੇ ਵਿੱਚ ਜਰਨਲ ਅਡਵਾਇਰ ਨੂੰ ਉਸ ਦਿਨ ਗੋਲੀ ਮਾਰੀ ਸੀ ਔਰ ਉਹਦੇ ਇਸ ਦੇ ਵਿੱਚ ਉਹਨਾਂ ਨੂੰ ਇਸ ਦਿਨ ਸਜ਼ਾ ਦਿੱਤੀ ਗਈ ਸੀਗੀ ਤੇ ਅੱਜ ਅਸੀਂ ਵਕਈ ਉਹਨਾਂ ਨੂੰ ਇਸ ਦਿਨ ਦੇ ਵਿੱਚ ਹਮੇਸ਼ਾ ਸ਼ਰਧਾਂਜਲੀ ਅਰਪਿਤ ਕਰਦੇ ਹਾਂ ਅਪਾ ਜਦੋਂ ਦੇਖਦੇ ਆ ਨੌਜਵਾਨਾਂ ਨੂੰ ਇਦਾਂ ਦੀਆਂ ਚੀਜ਼ਾਂ ਬਾਰੇ ਬਹੁਤ ਘੱਟ ਪਤਾ ਹੁੰਦਾ ਤੁਹਾਨੂੰ ਪਤਾ ਤੁਸੀਂ ਸ਼ਲਾਗਾ ਦੇ ਪਾਤਰ ਆ ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੇ ਦਿਨ ਵੀ ਯਾਦ ਰੱਖਣੇ ਚਾਹੀਦੇ ਕਿਉਂਕਿ ਅੱਜ ਕਿਤੇ ਵੀ ਮੈਂ ਦੇਖਿਆ ਵੀ ਅਸੀਂ ਵਿਚਰੇਆਂ ਲੋਕਾਂ ਦੇ ਵਿੱਚ ਕਿਤੇ ਵੀ ਕੋਈ ਉਹਨਾਂ ਦੀ ਸ਼ਹਾਦਤ ਦੇ ਸਬੰਧ ਵਿੱਚ ਕੋਈ ਪ੍ਰੋਗਰਾਮ ਨਹੀਂ ਕੀਤਾ ਜਾ ਰਿਹਾ ਜਾਂ ਸ਼ਰਧਾਂਜਲੀ ਪ੍ਰੋਗਰਾਮ ਨਹੀਂ ਕੀਤਾ ਜਾ ਰਿਹਾ ਤਾਂ ਤੁਹਾਨੂੰ ਲੱਗਦਾ ਕਿ ਨੌਜਵਾਨਾਂ ਨੂੰ ਕਰਨੇ ਚਾਹੀਦੇ ਪ੍ਰੋਗਰਾਮ ਬਿਲਕੁਲ ਜੀ ਬਿਲਕੁਲ ਉਹਨਾਂ ਦੀ ਜਨਮ ਭੂਮੀ ਦੇ ਉੱਤੇ ਅਸੀਂ ਜਾਂਦੇ ਹੀ ਹੁੰਨੇ ਆ ਸ਼ਾਮ ਨੂੰ ਅਸੀਂ ਵੀ ਸਨਾਮ ਜਾਣ ਦਾ ਪ੍ਰੋਗਰਾਮ ਬਣਾ ਰਹੇ ਆ ਅਸੀਂ ਉੱਥੇ ਜਾਣਾ ਹੀ ਜਾਣਾ ਤੇ ਅੱਗੇ ਪ ਜੋ ਜਨਮੇ ਸੀਗੇ ਇਸ ਨਾਮ ਉਥੇ ਨਮਸਕਾਰ ਕਰਦੇ ਆ ਨਤਮਸਤਕ ਹੁੰਨੇ ਆ ਔਰ ਮੈਨੂੰ ਲੱਗਦਾ ਹੈ ਕਿ ਨੌਜਵਾਨਾਂ ਨੂੰ ਇੱਧਰ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਭਗਤ ਸਿੰਘ ਸ਼ਹੀਦ ਭਗਤ ਸਿੰਘ ਸ਼ਹੀਦ ਉਦਮ ਸਿੰਘ ਇਹ ਜੇ ਲੋਕਾਂ ਨੇ ਸਾਨੂੰ ਜੇ ਅੱਜ ਦੀ ਆਪਾਂ ਆਜ਼ਾਦੀ ਮਾਨਦੇ ਪਏ ਆ ਤੇ ਉਹਨਾਂ ਦੀ ਸ਼ਹਾਦਤਾਂ ਦੀ ਬਦੌਲਤ ਸਾਨੂੰ ਇਹ ਆਜ਼ਾਦੀ ਮਿਲੀ ਹੈ ਜਿਹਦੇ ਵਿੱਚ ਆਪਾਂ ਇੱਕ ਫ੍ਰੀडम ਨੂੰ ਇੰਜੋਏ ਕਰ ਪਾ ਰਹੇ ਆ ਕੀ ਨਾਮ ਚੋੜਾ ਮੇਰਾ ਨਾਮ ਬਲਜਿੰਦਰ ਸਿੰਘ 31 ਜੁਲਾਈ ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਦਿਵਸ ਦੇਣਾ ਤੁਸੀਂ ਇਸ ਦਿਨ ਨੂੰ ਕਿੱਦਾਂ ਦੇਖਦੇ ਆ ਤੇ ਤੁਹਾਨੂੰ ਕੀ ਲੱਗਦਾ ਵੀ ਨੌਜਵਾਨਾਂ ਨੂੰ ਕਿੰਨਾ ਜਾਗਰੂਕ ਹੋਣਾ ਚਾਹੀਦਾ ਇਸ ਦਿਨ ਦੇ ਦੇਖੋ ਕਿ ਇਹ ਤਾਂ ਮਤਲਬ ਸਾਡੇ ਸਾਰੇ ਸ਼ੀਦਾਂ ਨੂੰ ਆਪਣੇ ਯਾਦ ਰੱਖਣਾ ਚਾਹੀਦਾ ਤੇ ਇਹਦੇ ਵਿੱਚ ਯੂਥ ਜਿਹੜਾ ਹੈ ਅੱਜਕੱਲ ਜਿਆਦਾ ਕਰ ਸਕਦਾ ਹੈ ਜਿਵੇਂ ਜਿੰਨੇ ਵੀ ਨੌਜਵਾਨ ਜਵਤਵੰਦੀਆਂ ਨੇ ਉਹਨਾਂ ਨੂੰ ਇਸ ਪਾਰਟਿਸਿਪੇਟ ਕਰਨਾ ਚਾਹੀਦਾ ਇਹਦੇ ਬਾਰੇ ਕੋਈ ਨਾ ਕੋਈ ਕਲਚਰ ਇਵੈਂਟ ਜਾਂ ਕੋਈ ਵੀ ਉਹਨਾਂ ਨੂੰ ਯਾਦ ਕਰਨ ਦਾ ਇਹੋ ਜਿਹਾ ਤਰੀਕਾ ਲੱਭਣਾ ਚਾਹੀਦਾ ਜਿਨ੍ਹਾਂ ਨੂੰ ਉਹ ਯਾਦ ਕਰ ਸਕਦੇ ਉਹਨਾਂ ਨੂੰ ਬਹੁਤ ਘੱਟ ਸਮਾਗਮ ਕਰਵਾਏ ਜਾ ਰਹੇ ਨੇ ਸ਼ਹੀਦਾਂ ਨੂੰ ਬਹੁਤ ਘੱਟ ਯਾਦ ਕੀਤਾ ਜਾ ਰਿਹਾ ਕਿਉਂਕਿ ਨੌਜਵਾਨ ਪੀੜ੍ਹੀ ਕਿਤਨੇ ਕਿਤੇ ਅੱਜਕੱਲ ਵੈਸਟਰਨ ਹੁੰਦੀ ਜਾ ਰਹੀ ਹੈ ਜਾਂ ਹੋਰ ਚੀਜ਼ਾਂ ਨੂੰ ਉਹਨਾਂ ਨੂੰ ਧਿਆਨ ਜ਼ਿਆਦਾ ਨਾਈਟ ਪਾਰਟੀਆਂ ਦਾ ਲਾ ਧਿਆਨ ਜ਼ਿਆਦਾ ਇਦਾਂ ਦੀ ਜਦੋਂ ਚੀਜ਼ਾਂ ਸ਼ਹੀਦਾਂ ਨੂੰ ਭੁੱਲ ਵਤੀਰਾ ਆਪਣੇ ਸ਼ਹੀਦਾਂ ਦੇ ਇਹ ਮਾੜਾ ਤਾਂ ਹੈਗੀ ਹੈ ਕਿਉਂਕਿ ਅਸੀਂ ਉਹਨਾਂ ਦੇ ਖਾਤਰ ਅੱਜ ਅਸੀਂ ਇਸ ਮਤਲਬ ਅਸੀਂ ਆਜ਼ਾਦੀ ਨਾਲ ਕੋ ਮਰਿਆ ਤਾਂ ਉਹਨਾਂ ਦੀ ਖਾਤਰ ਆ ਕੇ ਆਪਾਂ ਨੂੰ ਆਜ਼ਾਦੀ ਮਿਲੀ ਹੈ ਤੇ ਸਾਨੂੰ ਚਾਹੀਦਾ ਸਾਡੀ ਇੱਕ ਮਤਲਬ ਇੱਕ ਮੋਰਲ ਡਿਊਟੀ ਬਣਦੀ ਹੈ ਕਿ ਆਪਾਂ ਨੂੰ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਉਹਨਾਂ ਲਈ ਆਪਾਂ ਨੂੰ ਕੋਈ ਨਾ ਕੋਈ ਇਨੀਸ਼ੀਏਟਿਵ ਲੈਂਦੇ ਲੈਣਾ ਚਾਹੀਦਾ ਜਿਨ੍ਹਾਂ ਨਾਲ ਜਿਹੜੇ ਆਉਣ ਵਾਲੀ ਪੀੜ੍ਹੀ ਹੈ ਮੰਨ ਲਓ ਵੀ ਹੁਣ ਇਹਨਾਂ ਭੁੱਲ ਰਿਹਾ ਆਉਣ ਵਾਲੀ ਪੀੜ੍ਹੀ ਉਹਨੂੰ ਜਮੇ ਭੁੱਲ ਜੂਗੀ ਤੁਹਾਡੇ ਹਿਸਾਬ ਦੇ ਨਾਲ ਨੌਜਵਾਨਾਂ ਨੂੰ ਕੀ ਕਰਨਾ ਚਾਹੀਦਾ ਤਾਂ ਜੋ ਸ਼ਹੀਦਾਂ ਨੂੰ ਯਾਦ ਰੱਖਿਆ ਜਾਵੇ ਮਤਲਬ ਜਿੰਨੇ ਵੀ ਜਿਸ ਦਿਨ ਸ਼ਹੀਦੀ ਦਿਵਸ ਹੋਇਆ ਜਾਏ ਮੈਂ ਉਹਨਾਂ ਲਈ ਕੋਈ ਵੀ ਬਲੱਡ ਨੇਸ਼ਨ ਕੈਂਪ ਰੱਖ ਸਕਦੇ ਆ ਜਾਂ ਕੋਈ ਵੀ ਇਹੋ ਜਿਹਾ ਇਵੈਂਟ ਕਰ ਸਕਦੇ ਆ ਜਿਵੇਂ ਜਿਨ੍ਹਾਂ ਨਾਲ ਅਸੀਂ ਉਸ ਦਿਨ ਲੋਕਾਂ ਨੂੰ ਵੱਧ ਤੋਂ ਵੱਧ ਪਤਾ ਲੱਗੇ ਵੀ ਅੱਜ ਕਿਹੜਾ ਇਵੈਂਟ ਕਿਉਂਕਿ ਅੱਧਿਆਂ ਨੂੰ ਤਾਂ ਇਸ ਵਾਲੇ ਨੋਲੇਜ ਨਹੀਂ ਹੁੰਦੀ ਹੈਗੀ ਅੱਜ ਸ਼ਹਾਦਤ ਆ ਤੇ ਕਿੰਨਾ ਯਾਦ ਆ ਉਹਨਾਂ ਦੇ ਬਾਰੇ ਕਿੰਨੀ ਕੀ ਜਾਣਕਾਰੀ ਤੁਹਾਨੂੰ ਹੈਗੀ ਹਾਂਜੀ ਬੁੱਕਸ 'ਚ ਕਾਫੀ ਪੜਿਆ ਹਿਸਟਰੀ ਵੀ ਉਹਨਾਂ ਨੇ ਜੋ ਸਾਡੇ ਜਲਿਆਂ ਵਾਲੇ ਬਾਗ ਦਾ ਖੂਨੀ ਸਾਕਾ ਜੋ 1919 ਵਿੱਚ ਹੋਇਆ ਸੀ ਪਸਾਖੀ ਵਾਲੇ ਦਿਨ ਤੇ ਉਸ ਜੋ ਜਲ੍ਹਾਂਲੇ ਬਾਗ ਦਾ ਜਨਰਲ ਆਡਾਇਰ ਨੇ ਜੋ ਨਿਹੱਥੇ ਸਾਡੇ ਲੋਕ ਸੀ ਸਿੱਖ ਤੇ ਮੈਸਿਵ ਉੱਥੇ ਉਹਨੇ ਫਾਇਰਿੰਗ ਕਰਵਾਈ ਸੀ ਤੇ ਉਹ ਉਹਨਾਂ ਨੇ ਲੰਡਨ ਜਾ ਕੇ ਤੇ ਉਸ ਜੋ ਜਲ੍ਹਾਂਲੇ ਬਾਗ ਦਾ ਜੋ ਖੂਨੀ ਸਾਕੇ ਦਾ ਜੋ ਬਦਲਾ ਜਨਰਲ ਆਡਾਇਰ ਨੂੰ ਮਾਰ ਕੇ ਲਿਆ ਸੀ ਹੋਰ ਥੋੜੀ ਜੀ ਜਾਣਕਾਰੀ ਪੁੱਛ ਲੈਣਾ ਕਿਉਂਕਿ ਸ਼ਹੀਦਾਂ ਨੂੰ ਨੌਜਵਾਨ ਪੀੜ੍ਹੀ ਭੁੱਲਦੀ ਜਾ ਰਹੀ ਆ ਬਚਪਨ ਦਾ ਨਾਮ ਉਹਨਾਂ ਦਾ ਕੀ ਸੀ ਕਿੱਥੇ ਜਨਮ ਹੋਇਆ ਸੀ ਇਸ ਬਾਰੇ ਤੁਹਾਨੂੰ ਥੋੜਾ ਜਿਹਾ ਪਤਾ ਹੋਵੇਗਾ ਅ ਬਦਮਨ ਸੁਨਾਮ ਜਿਹੜਾ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਆਉਂਦਾ ਅੱਜ ਕੱਲ ਉਹਦਾ ਨਾਮ ਸ਼ਹੀਦ ਉਦਮ ਸਿੰਘ ਵਾਲਾ ਰੱਖ ਦਿੱਤਾ ਬਟ ਲੋਕ ਸਾਡੇ ਹਮੇਸ਼ਾ ਫੇਰ ਵੀ ਉਹਨੂੰ ਸੁਨਾਮ ਦੇ ਨਾਮ ਤੋਂ ਜਾਣਦੇ ਨੇ ਹਾਂਜੀ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਨਾਮ ਚੇਂਜ ਕਰਿਆ ਸੀ ਕੋਈ ਮੁਹੰਮਦ ਮੈਨੂੰ ਇਹਨਾਂ ਪਤਾ ਨਹੀਂ ਮੁਹੰਮਦ ਸਮਥਿੰਗ ਕੋਈ ਨਾਮ ਰੱਖਿਆ ਸੀ ਮੁਹੰਮਦ ਸਿੰਘ ਆਜ਼ਾਦ ਰੱਖਿਆ ਸੀ ਸਾਂਝੀ ਵਾਲਤਾ ਦਾ ਸੰਦੇਸ਼ ਦੇਣ ਦੇ ਹਾਂਜੀ 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 ਨੌਜਵਾਨ ਪੀੜੀ ਭੁੱਲਦੀ ਜਾ ਰਹੀ ਆ ਆਪਣੇ ਸ਼ਹੀਦਾਂ ਨੂੰ ਕਿੱਦਾਂ ਦੇਖਦੇ ਆ ਵੀ ਕਿੰਨੀ ਮਾੜੀ ਗੱਲ ਆ ਸਾਡੀ ਨੌਜਵਾਨ ਪੀੜੀ ਲਈਏ ਦੇਖੋ ਉਹਨਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾ ਤੇ ਮਿਸਾਲ ਦਿੱਤੀ ਕਿਉਂਕਿ ਕਿਸੇ ਨਾ ਕਿਸ ਨੂੰ ਅੱਗੇ ਆਉਣਾ ਪੈਂਦਾ ਚਾਹੇ ਅਸੀਂ ਗੱਲ ਕਰੀਏ ਭਗਤ ਸਿੰਘ ਦੀ ਸੁਖਦੇਵ ਰਾਜਗੁਰੂ ਲਾਲਾ ਲਾਜਪਤ ਰਾਏ ਦੀ ਮੰਗਲਪਾਂਡੇ ਦੀ ਸੁਆਸਚੰਦਰ ਬੋਸ ਜੀ ਉਹਨਾਂ ਨੇ ਕਿਸੇ ਨਾ ਕਿਸੇ ਜੋਗ ਅਫਸੀ ਕੁਰਬਾਨੀ ਦੇਣੀ ਆ ਸਭ ਤੋਂ ਪਹਿਲਾਂ ਤਾਂ ਸਾਨੂੰ ਕਿਸੇ ਨਾ ਕਿਸ ਨੂੰ ਅੱਗੇ ਆਉਣਾ ਸਾਡੇ ਲਈ ਉਹ ਮਿਸਾਲ ਨੇ ਤੇ ਸਾਨੂੰ ਇਹ ਚੀਜ਼ਾਂ ਸਾਨੂੰ ਭੁੱਲਣੇ ਨਹੀਂ ਚਾਹੀਦੇ ਜਿੰਨਾ ਕਰਕੇ ਅਸੀਂ ਅੱਜ ਆ ਖੁੱਲੀ ਹਵਾ ਮਾਣ ਰਹੇ ਆ ਤੇ ਸਾਨੂੰ ਸਾਨੂੰ ਉਹ ਚੀਜ਼ਾਂ ਸਾਨੂੰ ਉਹ ਜੋ ਸਾਡੇ ਫ੍ਰੀडम फाइਟਰਸ ਨੇ ਜਿਨ੍ਹਾਂ ਨੇ ਆਪਣੀ ਕੁਰਬਾਨੀ ਆ ਜਾਨਾਂ ਦੀ ਪਰਵਾਹ ਨਾ ਕੀਤੀ ਆਪਣਾ ਘਰ-ਬਾਰ ਛੱਡਿਆ ਸਾਰਾ ਕੁਝ ਛੱਡਿਆ ਤੇ ਅੱਜ ਅਸੀਂ ਉਹਨਾਂ ਨੂੰ ਭੁੱਲਦੇ ਜਾ ਰਹੇ ਹਾਂ ਤਾਂ ਸਾਡੇ ਲਈ ਸ਼ਰਮ ਦੀ ਗੱਲ ਹੈ ਕੀ ਨਾਮ ਜੀ ਸਰ ਜਸਪੀਰ ਸਿੰਘ ਜਸਪਿੰਦਰ ਸ਼ਹੀਦੀ ਦੇਣ ਅੱਜ ਕਿੱਦਾਂ ਦੇਖਦੇ ਨੌਜਵਾਨ ਪੀੜ੍ਹੀ ਲਗਾਤਾਰ ਭੁੱਲਦੀ ਜਾ ਰਹੀ ਹੈ ਆਪਣੇ ਸ਼ਹੀਦਾਂ ਨੂੰ ਤੁਸੀਂ ਕਿੱਦਾਂ ਦੇਖਦੇ ਇਹ ਚੀਜ਼ ਸਰ ਜਿਸ ਹੱਬ ਨਾਲ ਆਪਾਂ ਯੂਥ ਦੀ ਗੱਲ ਕਰਦੇ ਹਾਂ ਜੀ ਪੂਰਾ ਯੂਥ ਜਿਸ ਹੱਬ ਨਾਲ ਸ਼ਹੀਦ ਉਹਦਮ ਸਿੰਘ ਦੀ ਸ਼ਹਾਦਤ ਨੂੰ ਭੁੱਲਦਾ ਜਾ ਰਿਹਾ ਹੈ ਜੀ ਇਹ ਬਹੁਤ ਮਤਲਬ ਹੈ ਕਿ ਆਪਾਂ ਸੋਚਦੇ ਕਿ ਬਹੁਤ ਗਲਤ ਗੱਲ ਆ ਕਿ ਸਾਨੂੰ ਆਪਣੇ ਜਿਹੜੇ ਸ਼ਹੀਦ ਹੋਏ ਸਾਡੇ ਭਰਾ ਸਾਡੇ ਵੱਡੇ ਵੀਰ ਚਾਹ ਵੱਡੇ-ਵਡੇਰੇ ਉਹਨਾਂ ਨੂੰ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਤੇ ਯਾਦ ਦੇ ਨਾਲ-ਨਾਲ ਉਹਨਾਂ ਦੀ ਜਿਹੜੀ ਸ਼ਹਾਦਤ ਹੈ ਉਹਨੂੰ ਪੂਰਾ ਆਪਾਂ ਨੂੰ ਯੋਗਦਾਨ ਦੇਣਾ ਜਿਹਦੇ ਕਿ ਕਿਵੇਂ ਉਹਨਾਂ ਨੇ ਸਾਨੂੰ ਸ਼ਹੀਦੀਆਂ ਦੇ ਕੇ ਆਜ਼ਾਦ ਕਰਾਇਆ ਸਾਡੇ ਦੇਸ਼ ਨੂੰ ਤੇ ਉਹਨਾਂ ਨਾਲ ਸਾਨੂੰ ਹੱਥ ਨਾਲ ਹੱਥ ਮੋਢੇ ਨਾਲ ਮੋਢਾ ਮਲਾ ਕੇ ਹੁਣ ਸਾਰੇ ਯੂਥ ਨਾਲ ਇੱਕ ਸ਼ਹਾਦਤ ਨੂੰ ਨਾ ਚਾਹੀਦਾ ਕਿ ਯਾਦ ਦਿਖਾਣਾ ਚਾਹੀਦਾ ਨੌਜਵਾਨਾਂ ਦੇ ਵਿੱਚ ਵਿਚਰ ਕੇ ਇਹ ਪੁੱਛਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸ਼ਹੀਦ ਉਦਮ ਸਿੰਘ ਬਾਰੇ ਉਹਨਾਂ ਨੂੰ ਕਿੰਨਾ ਖਿਆਦ ਹੈ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਜੀ 31 ਜੁਲਾਈ ਦਾ ਦਿਨ ਹੈ ਯਾਦ ਆਜ ਦੇ ਦਿਨ ਕੀ ਹੋਇਆ ਹਾਂਜੀ ਅੱਜ ਦੇ ਦਿਨ ਸ਼ਹੀਦ ਉਦਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਤੇ ਉਹਨਾਂ ਨੇ ਜੋ ਸਾਡੇ ਦੇਸ਼ ਲਈ ਆਜ਼ਾਦੀ ਦੇ ਵਿੱਚ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਉਹ ਅਪੁੱਲਨ ਯੋਗ ਹੈ ਪਰ ਤੁਸੀਂ ਕਿਹਾ ਕਿ ਇਹ ਭੁੱਲਣਯੋਗ ਆ ਪਰ ਨੌਜਵਾਨ ਪੀੜੀ ਭੁੱਲਦੀ ਜਾ ਰਹੀ ਹੈ ਕੀ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ ਕਿ ਨੌਜਵਾਨ ਪੀੜੀ ਘੱਟੋ-ਘੱਟ ਆਪਣੇ ਸ਼ਹੀਦਾਂ ਨੂੰ ਯਾਦ ਰੱਖੇ ਕਿਉਂਕਿ ਅੱਜ ਦੇ ਦਿਨ ਅਸੀਂ ਜੇ ਗੱਲ ਕਰੀਏ ਤਾਂ ਕੋਈ ਸ਼ਹੀਦੀ ਦਿਹਾੜਾ ਕਿਤੇ ਜਾਂ ਸਮਾਗਮ ਕੋਈ ਨਹੀਂ ਕਰਵਾ ਰਿਹਾ ਸ਼ਰਧਾਂਜਲੀ ਕੋਈ ਨਹੀਂ ਦੇ ਰਿਹਾ ਉਹਨਾਂ ਨੂੰ ਸਿਰਫ ਸੁਨਾਮ ਦੇ ਵਿੱਚ ਹੋਊਗੀ ਸ਼ਾਇਦ ਪਰ ਹੋਰ ਕਿਤੇ ਵੀ ਕੋਈ ਨਜ਼ਰ ਨਹੀਂ ਆ ਰਿਹਾ ਅੱਜ ਕੱਲ ਅਸੀਂ ਨੌਜਵਾਨ ਪੀੜੀ ਜਿਹੜੀ ਆ ਜਨਮ ਦਿਨ ਮਨਾਉਣ ਦੇ ਵਿੱਚ ਜਾਂ ਹੋਰ ਤਿਹਾਰ ਮਨਾਉਣ ਦੇ ਵਿੱਚ ਤਾਂ ਆਪਣੇ ਯਾਦ ਰਹਿੰਦਾ ਆ ਪਰ ਸ਼ਹੀਦਾਂ ਦੀ ਸ਼ਹੀਦੀ ਦਿਨ ਯਾਦ ਹੁੰਦੇ ਕਿੱਦਾਂ ਦੇ ਰਹੇ ਚਾ ਮੈਂ ਸਭ ਤੋਂ ਵੱਧ ਜੋ ਮੇਨ ਕਾਰਨ ਮੰਨਦਾ ਨਾਮ ਨਾਉਣ ਦਾ ਉਹ ਸਾਡਾ ਐਜੂਕੇਸ਼ਨ ਸਿਸਟਮ ਹੈ ਸਾਡਾ ਐਜੂਕੇਸ਼ਨ ਸਿਸਟਮ ਹੀ ਇਹੋ ਚਾਉਣਾ ਚਾਹੀਦਾ ਕਿ ਸਾਨੂੰ ਸ਼ੁਰੂ ਤੋਂ ਲੈ ਕੇ ਇਹੋ ਜੀ ਐਜੂਕੇਸ਼ਨ ਦਿੱਤੀ ਜਾਣੀ ਚਾਹੀਦੀ ਆਪਾਂ ਨੂੰ ਵੀ ਆਪਣੇ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਿਵਾਈ ਉਹਨਾਂ ਨੂੰ ਯਾਦ ਰੱਖਣਾ ਉਹਨਾਂ ਦੇ ਜਨਮ ਦਿਹਾੜੇ ਯਾਦ ਰੱਖਣੇ ਉਹ ਸਾਰੀਆਂ ਚੀਜ਼ਾਂ ਸਾਨੂੰ ਮਤਲਬ ਐਜੂਕੇਸ਼ਨ ਦੇ ਬੇਸ ਤੇ ਰੱਖਣਾ ਚਾਹੀਦਾ ਹੁਣ ਦੇਖ ਲਓ ਅੱਜ ਤੁਸੀਂ ਅੱਜ ਕੱਲ੍ਹ ਦੇਖ ਲਓ ਰਾਹੁਲ ਗਾਂਧੀ ਦਾ ਬਰਥਡੇ ਹੁੰਦਾ ਸਭ ਨੂੰ ਪਤਾ ਹੈ ਔਰ ਸਾਰੇ ਉਹਦੇ ਕੋਲੇ ਜਾ ਕੇ ਉਹਦੇ ਕੋਲੇ ਫੁੱਲ ਲੈ ਕੇ ਜਾਣਗੇ ਸਾਰੇ ਇਹ ਐ ਸਾਰੇ ਐਵੇਂ ਆ ਮਤਲਬ ਸਾਰੇ ਇੱਕ ਪੋਲੀਟਿਕਲੀ ਮੋਟੀਵੇਟਰ ਨੇ ਜਿੱਥੋਂ ਉਹਨਾਂ ਨੂੰ ਫਾਇਦਾ ਮਿਲਦਾ ਉਹ ਕੰਮ ਉਤੋਂ ਉਹਨਾਂ ਉਹਨਾਂ ਕੇ ਕੰਮ ਕਰਦੀ ਜਾਂਦਾ ਬਿਲਕੁਲ ਜਾਨਕੀ ਸ਼ਹੀਦਾਂ ਨੂੰ ਯਾਦ ਕਰਨ ਤੇ ਉਹਨਾਂ ਨੂੰ ਕੋਈ ਫਾਇਦਾ ਨਹੀਂ ਤੇ ਇਸ ਕਰਕੇ ਉਹ ਯਾਦ ਨਹੀਂ ਕਰਦੇ ਹਾਂਜੀ ਹਾਂਜੀ ਮੈਂ ਇਹੀ ਕਹਾਂਗਾ ਵੀ ਜੋ ਸਰਕਾਰਾਂ ਨੇ ਉਹਨਾਂ ਨੂੰ ਐਜੂਕੇਸ਼ਨ ਸਿਸਟਮ ਨੂੰ ਸੁਧਾਰਨਾ ਚਾਹੀਦਾ ਹੈ ਤਾਂ ਕਿ ਐਜੂਕੇਸ਼ਨ ਸਿਸਟਮ ਸਾਡੀਆਂ ਕਿਤਾਬਾਂ ਦੇ ਵਿੱਚ ਵੀ ਉਹਨਾਂ ਨੂੰ ਯਾਦ ਰੱਖਣ ਦੇ ਲਈ ਬਹੁਤ ਕੁਝ ਅਲੱਗ ਤੋਂ ਕਰਵਾਇਆ ਜਾਣਾ ਚਾਹੀਦਾ ਇੱਥੇ ਇਹ ਗੱਲ ਜ਼ਰੂਰ ਕਹਿ ਦਮਾ ਕਿ ਇਹਨਾਂ ਨੇ ਜਿੱਦਾਂ ਕਿਹਾ ਕਿ ਅੱਜ ਕੱਲ ਲੋਕੀ ਫਾਇਦੇ ਵਾਲੀਆਂ ਚੀਜ਼ਾਂ ਮਨਾਉਂਦੇ ਨੇ ਪਰ ਜਿਹੜੀਆਂ ਕੌਮਾਂ ਆਪਣਾ ਪਿੱਛਾ ਭੁੱਲ ਜਾਂਦੀਆਂ ਉਹਨਾਂ ਦਾ ਅੱਗਾ ਵੀ ਇਸ਼ਤ 31 ਜੁਲਾਈ ਦਾ ਦਿਨ ਸ਼ਹੀਦ ਉਦਮ ਸਿੰਘ ਦਾ ਸ਼ਹੀਦੀ ਦਿਨ ਹੈ ਤੁਹਾਨੂੰ ਪਤਾ ਹੈ ਇਸ ਬਾਰੇ ਜੇ ਅਸੀਂ ਗੱਲ ਕਰੀਏ ਨੌਜਵਾਨ ਪੀੜੀ ਭੁੱਲਦੀ ਜਾ ਰਹੀ ਹੈ ਕਿਦਾਂ ਦੇਖਦੇ ਹੋ ਚੀਜ਼ ਦੇਖੋ ਜੀ ਆਪਣੀ ਨੌਜਵਾਨ ਪੀੜੀ ਨੂੰ ਇਹ ਚੀਜ਼ ਬਾਰੇ ਪ੍ਰੇਰਿਤ ਨਹੀਂ ਕੀਤਾ ਜਾ ਰਿਹਾ ਆਪ ਨੂੰ ਹੋਰ ਪਾਸੇ ਲਾਇਆ ਜਾ ਰਿਹਾ ਆਪ ਨੂੰ ਇਹ ਚੀਜ਼ ਦੱਸਿਆ ਨਹੀਂ ਵੀ ਹਾਂ ਪਾਕਿਸਤਾਨ ਤੋਂ ਆ ਚੀਜ਼ ਤੋਂ ਨਸ਼ਾ ਆ ਰਿਹਾ ਪਰ ਉਹ ਇਹ ਚੀਜ਼ ਨਹੀਂ ਦੇਖ ਰਹੇ ਵੀ ਪਾਕਿਸਤਾਨ ਨੇ ਨਸ਼ਾ ਭੇਜ ਰਿਹਾ ਉਹਨਾਂ ਦੇ ਪਿੱਛੇ ਹੱਥ ਕੀ ਦਾ ਸਰਕਾਰਾਂ ਦਾ ਇਹ ਥੋੜੀ ਪਾਕਿਸਤਾਨ ਨੇ ਆਪਣੀ ਆਜ਼ਾਦੀ ਲਈ ਕੁਝ ਕੀਤਾ ਨਹੀਂ ਅਕਸਰ ਉਹ ਆਪਾਂ ਦੋਨੇ ਇਕੱਠੇ ਸੀ ਤਾਂ ਹੀ ਦੇਸ਼ ਆਜ਼ਾਦ ਹੋਇਆ ਜੇ ਪਹਿਲਾਂ ਆਪਾਂ ਹੀ ਦੋਨੇ ਆਪਸ ਚ ਲੜੀ ਜਾਂਦੇ ਆਪਾਂ ਦੇਸ਼ ਨਹੀਂ ਯਾਦ ਕਰਵਾ ਸਕਦੇ ਠੀਕ ਆ ਉਹ ਤੋਂ ਬਾਅਦ ਹੁਣ ਵੀ ਪਾਕਿਸਤਾਨ ਨੂੰ ਮਾੜਾ ਕਹਿਣਾ ਵੀ ਹਾਂ ਯਾਰ ਪਾਕਿਸਤਾਨ ਦਾ ਸਾਹ ਭੇਜ ਰਿਆ ਇਹਦੇ ਕਰਕੇ ਹੋ ਰਿਹਾ ਠੀਕ ਆ ਉਹਦੇ ਪਿੱਛੇ ਸਰਕਾਰਾਂ ਦਾ ਹੱਥ ਆ ਸ਼ਹੀਦ ਉਦਮ ਸਿੰਘ ਬਾਰੇ ਤੁਹਾਨੂੰ ਕਿੰਨਾ ਕੁ ਯਾਦ ਆ ਕੀ ਉਹਨਾਂ ਨੇ ਕੀਤਾ ਸੀ ਕੀ ਉਹਨਾਂ ਦੀ ਕੁਰਬਾਨੀ ਸੀ ਤੁਹਾਨੂੰ ਕਿੰਨਾ ਕੁ ਯਾਦ ਆ ਉਹਨਾਂ ਨੇ ਬਸ ਉਹ ਤੋਂ ਬਾਅਦ ਜਦੋਂ ਜਲੇਨਾਥ ਘਟਨਾ ਹੋਈ ਉਹ ਤੋਂ ਬਾਅਦ ਉਹਨਾਂ ਦੇ ਦਿਲ ਚ ਇਹੀ ਚੀਜ਼ ਵਸ ਗਈ ਮੈਂ ਆਪਣੇ ਦੇਸ਼ ਲਈ ਕੁਛ ਨਾ ਕੁਛ ਕਰਨਾ ਹੈ ਠੀਕ ਆ ਉਹ ਤਾਂ ਹੁਣ ਦੇਖੋ ਹੋਰ ਵੀ ਬਹੁਤ ਬੰਦੇ ਸੀਗੇ ਉੱਥੇ ਠੀਕ ਆ ਇਹ ਨਹੀਂ ਆਪਣੇ ਵਰਗੇ ਬਥੇਰੇ ਹੋਣਗੇ ਵੀ ਜਿੰਨਾਂ ਨੂੰ ਇਹ ਚੀਜ਼ ਦੇਖੀ ਹੋਗੀ ਵੀ ਹਾਂ ਯਾਰ ਹੋਇਆ ਚੱਲ ਹੋ ਗਿਆ ਕੁਝ ਨਹੀਂ ਹੋਇਆ ਚੱਲ ਕਰਕੇ ਉੱਠ ਗਏ ਅੰਗਰੇਜ਼ ਕੁਝ ਨਹੀਂ ਹੋਇਆ ਠੀਕ ਆ ਉਸ ਤੋਂ ਬਾਅਦ ਦੇਸ਼ ਇਜਾਦ ਵੀ ਹੋ ਗਿਆ ਠੀਕ ਆ ਉਹਨਾਂ ਦੇ ਕਿਸੇ ਦੇ ਦਿਲ 'ਚ ਨਹੀਂ ਜਾਂਦੀ ਬੰਦੇ ਦੇ ਪਰ ਉਹਦੇ ਦਿਲ 'ਚ ਗਈ ਉਹਦੇ 'ਚ ਜਨੂਨ ਸੀ ਉਹਨੂੰ ਕਿਸੇ ਨੇ ਸਿਖਾਇਆ ਸੀ ਠੀਕ ਆ ਉਹਨੂੰ ਵੱਡੇ ਨੇ ਪ੍ਰੇਰਿਤ ਕੀਤਾ ਸੀ ਆਪਾਂ ਨੂੰ ਵੀ ਕਰਨੇ ਕਿ ਤੇ ਆਪਾਂ ਵੀ ਇਹੋ ਚੀਜ਼ ਕਰਾਂਗੇ ਆਪਣੇ ਦੇਸ਼ ਲਈ ਕਿਸੇ ਨੇ ਕਿਤੇ ਪ੍ਰੇਰਣਾ ਦੀ ਕਮੀ ਲੱਗ ਰਹੀ ਤੁਹਾਨੂੰ ਹਾਂ ਪ੍ਰੇਰਣਾ ਦੀ ਜੂੜ ਕਮੀ ਹੈ ਕਿਸੇ ਸ਼ਾਇਰ ਨੇ ਬਹੁਤ ਵਧੀਆ ਕਹ ਡੈਰ ਪਾਪੀ ਦੀ ਆ ਉਹਨੇ ਛੇੜ ਕੇ ਗੱਲ ਪੰਜਾਬ ਦੀ ਦਿੱਤਾ ਲੂਣ ਜ਼ਖਮ ਤੇ ਪਾ ਲੱਗੀ ਅੱਗ ਕਾਲ ਜੇ ਸ਼ੇਰ ਦੇ ਲਾਲੀ ਗਈ ਅੱਖਾਂ ਵਿੱਚ ਆ ਉਹਨੇ ਕੱਢ ਕੇ ਪਿਸਟਲ ਡੱਬ ਚੋਂ ਵਿੱਚ ਰੌਂਦ ਲਈ ਸੀ ਪਾ ਨਾਲੇ ਹਿਰਦੇ ਵਿੱਚ ਦਸ਼ਮੇਸ਼ ਨੂੰ ਲਿਆ ਉਦਮ ਸਿੰਘ ਨੇ ਧਿਆ ਉਹਨੇ ਪਿਸਟਲ ਕਰਕੇ ਗੋਰੇਵਾਲ ਨੂੰ ਲਈ ਸ਼ੇਰ ਨੇ ਸਸਤ ਟਕਾ ਨਾਲੇ ਹਿਰਦੇ ਵਿੱਚ ਦਸ਼ਮੇਸ਼ ਨੂੰ ਲਿਆ ਉਦਮ ਸਿੰਘ ਨੇ ਧਿਆ ਉਹਨੇ ਝੋੜਾ ਸੀ ਝਟ ਦੱਬਤਾ ਗੋੜੀ ਲੱਗੀ ਡੈਰ ਦੇ ਜਾ ਗੋਰਾ ਢੇੜਾ ਖਾ ਕੇ ਡਿੱਗਿਆ ਉਹਦੇ ਨਿਕਲ ਗਏ ਸੀ ਸਾਤ ਤੁੰਗਾ ਹੀੜੀ ਵਾਲਿਆ ਸ਼ੇਰ ਨੇ ਦਿੱਤਾ ਆਪਣਾ ਫਰਜ਼ ਨਵਾ ਤਾਂ ਇਹ ਦੁਨੀਆ ਕਹਿੰਦੀ ਉਦਮਾ ਰਹੂ ਤੇਰਾ ਨਾਂ ਸਦਾ ਹੁਣ ਉਹ ਤਾਂ ਆਪਣੇ ਦੇ ਵੀ ਆਪ ਨੂੰ ਯਾਦ ਕਰਨਾ ਜਾਂ ਨਹੀਂ ਕਰਨਾ ਠੀਕ ਆ ਆਪਾਂ ਨੂੰ ਸਰਕਾਰਾਂ ਸਿਖਾਈ ਇਹ ਕੁਛ ਰਹੀਆਂ ਵੀ ਆਪਾਂ ਉਹ ਆਪਣਾ ਪਿੱਛਾ ਭੁੱਲ ਜਿਗੇ ਆਪਾਂ ਅੱਗੇ ਚੱਲ ਗਏ ਬਸ ਬਿਲਕੁਲ ਇਹਨਾਂ ਨੇ ਬਹੁਤ ਵਧੀਆ ਤੋਕਾਂ ਦੇ ਨਾਲ ਇਹ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਆਪਣੇ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਨਾਮ ਜੀ ਪਲਵਿੰਦਰ ਸਿੰਘ ਇਹ ਪਵਿੰਦਰ ਕਿੱਦਾਂ ਦੇਖਦੇ ਹਾਂ ਸ਼ਹੀਦੀ ਦਾੜੇ ਭੁੱਲਦੀ ਜਾ ਰਹੀ ਹੈ ਨੌਜਵਾਨ ਪੀੜੀ ਕੀ ਕਰਨਾ ਚਾਹੀਦਾ ਸਾਨੂੰ ਤਾਂ ਜੋ ਸ਼ਹੀਦਾਂ ਨੂੰ ਯਾਦ ਰੱਖਿਆ ਜਾਵੇ ਘੱਟੋ ਘਾਟ ਆਪਣੇ ਜਿਵੇਂ ਗੁਰਪ੍ਰੀਤ ਭਾਈ ਨੇ ਕਿਹਾ ਵੀ ਐਜੂਕੇਸ਼ਨ ਸਿਸਟਮ ਚ ਵੀ ਸੁਧਾਰ ਆਉਣਾ ਚਾਹੀਦਾ ਪਹਿਲੀ ਪੀੜ੍ਹੀ ਦਾ ਜਿਹੜਾ ਆਪਣਾ ਇੱਕ ਮਾਪਿਆਂ ਤੋਂ ਸਿੱਖਦੇ ਆ ਦੂਜੀ ਤੋਂ ਆਪਾਂ ਫਿਰ ਐਜੂਕੇਸ਼ਨ ਸਿਸ ਤੋਂ ਸਿੱਖਦੇ ਆ ਜਦੋਂ ਅਸੀਂ ਐਜੂਕੇਸ਼ਨ ਤੋਂ ਸਾਨੂੰ ਕੁਝ ਹੋਰ ਮਿਲਣਾ ਅਸੀਂ ਬਾਹਰਲੇ ਵੈਸਟਰਨ ਕਲਚਰ ਬਾਰੇ ਦਾ ਪੜ੍ਹੀ ਜਾ ਰਹੇ ਆ ਪਰ ਉਰੇ ਸਾਨੂੰ ਪਤਾ ਨਹੀਂ ਇਹੀ ਇੱਕ ਵੱਡੀ ਗਲਤੀ ਆ ਤੇ ਹੁਣ ਜਿਵੇਂ ਆਪਾਂ ਅੱਜ ਦੇਖ ਲਓ ਤੁਸੀਂ ਵੀ ਦੇਖਿਆ ਹੋਊਗਾ ਸੁਨਾਮ ਚ ਹੋਇਆ ਹੋਊਗਾ ਜੇ ਕਿਤੇ ਸ਼ਹੀਦੀ ਦਿਵਸ ਮਨਾਇਆ ਜਾਊਗਾ ਪਰ ਕਿਤੇ ਵੀ ਕੁਝ ਨਹੀਂ ਹੋਊਗਾ ਇਸ ਕਰਕੇ ਸਾਨੂੰ ਸ਼ਹੀਦਾਂ ਦੇ ਪੰਦੜਵਾੜੇ ਮਨਾਣੇ ਚਾਹੀਦੇ ਆ ਜਿਵੇਂ ਆਪਾਂ ਜੋੜ ਮੇਲੇ ਮਨਾਉਂਦੇ ਆ ਸਹਿਜਾਦਿਆਂ ਦੇ ਉਦਾਂ ਫਿਰ ਆਪਾਂ ਨੂੰ ਆਪਣੇ ਸ਼ਹੀਦਾਂ ਦਾ ਯਾਦ ਕਰਨਾ ਚਾਹੀਦਾ ਉਹ ਸਾਨੂੰ ਪਤਾ ਤਾਂ ਲੱਗੇ ਵੀ ਸਾਡੇ ਚ ਸਾਡੀ ਜਿਹੜੀ ਕੌਮ ਆ ਪੰਜਾਬੀਆਂ ਦੀ ਕੌਮ ਆ ਉਹ ਅਣਖੀ ਕੌਮ ਆ ਵੀ ਜੇ ਸਾਨੂੰ ਭਾਜੀ ਮੋੜਨੀ ਆ ਤਾਂ ਅਸੀਂ ਮੋੜ ਕੇ ਹਟਦੇ ਆਂ ਇਹੀ ਗੱਣਾ ਚਾਹੁੰਦਾ ਹਾਂ ਨੌਜਵਾਨ ਸਾਡੇ ਨਾਲ ਮੌਜੂਦ ਨੇ ਇਹਨਾਂ ਤੋਂ ਪੁੱਛਦੇ ਹਾਂ ਕੀ ਨਾਮ ਜੀ ਤੁਹਾਡਾ ਸਰਦੀਪ ਜੀ ਸਰਦੀਪ 31 ਜੁਲਾਈ ਕੀ ਹੋਇਆ ਸੀ ਅੱਜ ਦੇ ਦਿਨ ਸਰ ਅੱਜ 31 ਜੁਲਾਈ ਦੇ ਦਿਨ ਸਰਦਾਰ ਉਦਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਉਣੇ ਆਪਾਂ ਨੈਸ਼ਨਲ ਲੈਵਲ ਤੇ ਕੀ ਸ਼ਹਾਦਤ ਸੀ ਉਹਨਾਂ ਦੀ ਕੀ ਸਾਨੂੰ ਦੇਣ ਆ ਸ਼ਹੀਦ ਉਦਮ ਸਿੰਘ ਦੀ ਕਿਉਂਕਿ ਨੌਜਵਾਨ ਪੀੜ੍ਹੀ ਕਿਤਨੇ ਕਿਤੇ ਭੁੱਲਦੀ ਚਾਲੀ ਸਰ ਉਹਨਾਂ ਨੇ ਇੱਕ ਅਣਖ ਦਾ ਪ੍ਰਤੀਕ ਨੇ ਆਪਣੇ ਲਈ ਕਿਉਂਕਿ ਦੇਖੋ ਉਹਨਾਂ ਨੇ ਜਲਿਆਂ ਵਾਲੇ ਬਾਗ ਦਾ ਜੋ ਕਾਂਡ ਹੋਇਆ ਸੀ ਉਸ ਦਾ ਬਦਲ ਲੈਣ ਲਈ ਸੱਤ ਸਮੁੰਦਰ ਪਾਰ ਜਾ ਕੇ ਵੀ ਜਨਰਲ ਡਾਇਰ ਨੂੰ ਗੋਲੀ ਮਾਰੀ ਸੀਗੀ ਸਿਰਫ ਇੱਕ ਅਣਖ ਦੀ ਖਾਤਰ ਤੇ ਇਹ ਕਿਦਾਂ ਦੇਖਦੇ ਹਾਂ ਵੀ ਅੱਜ ਕੱਲ ਨੌਜਵਾਨ ਪੀੜੀ ਕਿਤੇ ਨਾ ਕਿਤੇ ਭੁੱਲਦੀ ਜਾ ਰਹੀ ਹੈ ਕਿਉਂਕਿ ਕਿਤੇ ਵੀ ਸਮਾਗਮ ਨਹੀਂ ਕੀਤਾ ਜਾ ਰਿਹਾ ਉਹਨਾਂ ਦੀ ਯਾਦ ਵਿੱਚ ਕਿਤੇ ਵੀ ਉਹਨਾਂ ਨੂੰ ਸ਼ਰਧਾਂਜਲੀ ਭੇਟ ਨਹੀਂ ਕੀਤੀ ਜਾ ਰਹੀ ਅਸੀਂ ਖਾਸ ਕਰਕੇ ਚੰਡੀਗੜ੍ਹ ਸ਼ਹਿਰ ਦੀ ਗੱਲ ਕਰ ਲਈਏ ਬੜੀ ਹੈਰਾਨੀ ਦੀ ਗੱਲ ਹੈ ਤੁਸੀਂ ਕਿਦਾਂ ਦੇਖਦੇ ਚੀਜ਼ ਨੂੰ ਸਰ ਬਿਲਕੁਲ ਨੌਜਵਾਨ ਪੀੜੀ ਦਾ ਪੁੱਲ ਦੀ ਜਾ ਰਹੀ ਹੈ ਇਸ ਚੀਜ਼ ਨੂੰ ਕਿਉਂਕਿ ਦੇਖੋ ਜੋ ਹੁਣ ਅੱਜ ਕੱਲ ਨੌਜਵਾਨ ਪੀੜੀ ਸੋਚ ਰਹੀ ਹੈ ਨਾ ਉਹ ਐਂਟਰਟੇਨਮੈਂਟ ਤੱਕ ਰਹਿ ਗਈ ਹੈ ਜੋ ਚੀਜ਼ ਉਹਨਾਂ ਨੂੰ ਐਂਟਰਟੇਨਮੈਂਟ ਐਂਟਰੇਨ ਕਰਦੀ ਆ ਉਹ ਉਹਨਾਂ ਦੇ ਬਹੁਤ ਹੀ ਮਤਲਬ ਜ਼ੈਹ ਚ ਬਸ ਜਾਂਦੀ ਆ ਬਟ ਲਾਈਕ ਉਹਨਾਂ ਨੂੰ ਹਿਸਟਰੀ ਬੋਰਿੰਗ ਲੱਗਦੀ ਆ ਬਟ ਉਹਨਾਂ ਨੂੰ ਇਹ ਨਹੀਂ ਪਤਾ ਕਿ ਹਿਸਟਰੀ ਨੂੰ ਨਾਲ ਲੈ ਕੇ ਹੀ ਅੱਗੇ ਫਿਊਚਰ ਪਰਸਪੈਕਟ ਦੇਖਿਆ ਜਾ ਸਕਦਾ ਜਿਨ੍ਹਾਂ ਕੌਮਾ ਦਾ ਪਿੱਛਾ ਨਹੀਂ ਉਹ ਅੱਗਾ ਵੀ ਨਹੀਂ ਰਹਿੰਦਾ ਉਹਨਾਂ ਦਾ ਕੀ ਨਾਮ ਜੀ ਤੁਹਾਡਾ ਹਰਸ਼ਦੀਪ ਸਿੰਘ ਹਰਸ਼ਦੀਪ 31 ਜੁਲਾਈ ਦਾ ਦਿਨ ਕਿਦਾਂ ਦੇਖਦੇ ਤੁਸੀਂ 31 ਜੁਲਾਈ ਪੰਜਾਬ ਲਈ ਤਾਂ ਸਭ ਤੋਂ ਮਹੱਤਵਪੂਰਨ ਦਿਨ ਹੈ। ਸ਼ਹੀਦ ਉਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਅੱਜ ਤੇ ਸਭ ਨੂੰ ਪਤਾ ਹੀ ਹੈ ਉਹਨਾਂ ਨੇ ਲੰਡਨ ਵਿੱਚ ਜਾ ਕੇ ਜਲੀਆਂ ਵਾਲੇ ਬਾਗ ਦੇ ਸਾਕੇ ਤੇ 20 ਸਾਲ ਬਾਅਦ ਬਦਲਾ ਲਿਆ ਸੀਗਾ। ਉਹ ਵੀ ਅਣਖ ਦੀ ਖਾਤਰ ਤੇ ਇਹ ਅੱਜ ਕੱਲ ਦੇ ਨੌਜਵਾਨਾਂ ਨੂੰ ਪਤਾ ਹੋਣਾ ਚਾਹੀਦਾ ਸਾਰਿਆਂ ਨੂੰ ਤੇ ਨੌਜਵਾਨ ਪੀੜੀ ਭੁੱਲਦੀ ਜਾ ਰਹੀ ਹੈ ਕੀ ਕਰਨਾ ਚਾਹੀਦਾ ਕਿਹੜੀਆਂ ਕੋਸ਼ਿਸ਼ਾਂ ਸਾਨੂੰ ਕਰਨੀ ਚਾਹੀਦੀਆਂ ਤਾਂ ਜੋ ਘੱਟੋ ਘੱਟ ਨੌਜਵਾਨ ਪੀੜੀ ਆ ਉਹਨੂੰ ਆਪਣੇ ਸ਼ਹੀਦਾਂ ਬਾਰੇ ਯਾਦ ਰਵੇ ਵੀ ਇਹਨਾਂ ਦੀ ਖਾਤਰ ਹੀ ਅਸੀਂ ਆਜ਼ਾਦੀ ਮਾਨਦੇ ਹਾਂ। ਨੌਜਵਾਨ ਨੂੰ ਆਪਣੇ ਪਿਛੋਕੜ ਨਾਲ ਜੁੜਨਾ ਚਾਹੀਦਾ ਹੈ ਆਪਣੇ ਹਿਸਟਰੀ ਪੰਜਾਬ ਦੀ ਸਾਰਿਆਂ ਨੂੰ ਉਹਨਾਂ ਨਾਲ ਜੁੜਨਾ ਚਾਹੀਦਾ ਤੇ ਆਪਣੇ ਬੱਚਿਆਂ ਦੇ ਉਹਨਾਂ ਦੇ ਪੇਰੈਂਟਸ ਨੂੰ ਉਹਨਾਂ ਨੂੰ ਆਪਣੇ ਕਲਚਰ ਦੇ ਨਾਲ ਜੋੜ ਕੇ ਰੱਖਣਾ ਚਾਹੀਦਾ ਤੇ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਸਾਡੇ ਪਿਛੋਕੜ ਸਾਡੇ ਦਾਦੇ ਪਰਦਾਦੇ ਉਹਨਾਂ ਨੇ ਕੀ ਕੁਰਬਾਨੀਆਂ ਸੀਗੀਆਂ ਤੇ ਕੀ ਸ਼ਹਾਦਤਾਂ ਸੀਗੀਆਂ ਨੌਜਵਾਨ ਪੀੜੀ ਦੇ ਕਾਰਨ ਕੀ ਸਮਝਦੇ ਜਿਹੜੀ ਆਪਣੇ ਸ਼ਹੀਦਾਂ ਨੂੰ ਭੁੱਲਦੀ ਜਾ ਰਹੀ ਹੈ ਕੀ ਕਾਰਨ ਸਮਝਦੇ ਇਸ ਚੀਜ਼ ਦਾ ਕਾਰਨ ਇਹਦਾ ਸਭ ਤੋਂ ਵੱਡਾ ਇਹ ਹੈ ਜੀ ਕਿ ਮੋਡਰਨਾਈਜੇਸ਼ਨ ਬਹੁਤ ਵੱਧ ਰਹੀ ਹੈ ਤੇ ਆਪਣੇ ਜਿਹੜੇ ਪੰਜਾਬ ਦੇ ਹੈਗੇ ਆ ਯੂਥ ਉਹ ਵੈਸਟਰਨ ਵੱਲ ਜ਼ਿਆਦਾ ਇੰਟਰਸਟ ਦਿਖਾ ਰਹੀ ਹੈ ਆਪਣਾ ਇਸ ਕਰਕੇ ਫਿਰ ਇਹੀ ਸਭ ਤੋਂ ਵੱਡੇ ਮੇਨ ਕਾਰਨ ਹੈ ਜੋ ਕਿ ਇਸ ਇਸ ਗੱਲ ਨਾਲੋਂ ਤੋੜ ਰਹੇ ਉਹਨਾਂ ਨੂੰ ਪੰਜਾਬ ਦੀ ਹਿਸਟਰੀ ਨਾਲੋਂ ਕੀ ਨਾਮ ਜੀ ਤੁਹਾਡਾ ਅਰਵਿੰਦਰ ਸਿੰਘ ਜੀ ਅਰਵਿੰਦਰ 31 ਜੁਲਾਈ ਅੱਜ ਕੀ ਹੋਇਆ ਸੀ ਅੱਜ ਦੇ ਦਿਨ ਅੱਜ ਦੇ ਦਿਨ ਜੀ ਸ਼ਹੀਦ ਉਦਮ ਸਿੰਘ ਦੁਆਰਾ ਕੈਕਸਟਰਨ ਹਾਲ 'ਤੇ ਜਾ ਕੇ ਜਨਰਲ ਡਾਇਰ ਨੂੰ ਜਾ ਕੇ ਗੋਲੀਆਂ ਮਾਰੀਆਂ ਗਿਆ ਸੀ ਕਿਉਂਕਿ ਉਹਨਾਂ ਬਚਪਨ ਤੋਂ ਉਹ ਉਹਦੇ ਇਹੀ ਦੀ ਜਜੂਏ ਨੂੰ ਕਾਇਮ ਰੱਖਿਆ ਜੋ 1919 ਵਿੱਚ ਜੱਲਿਆਂ ਵਾਲੇ ਬਾਗ ਵਿੱਚ ਵਕਾਂਡ ਵਾਪਰਿਆ ਉਹਦਾ ਜਾ ਕੇ ਉਹਨਾਂ ਬਦਲਾ ਲਿਆ ਉੱਥੇ ਜਾ ਕੇ ਲੰਡਨ ਚ ਬਦਲਾ 13 ਮਾਰਚ 1940 ਨੂੰ ਲਿਆ ਅੱਜ ਦੇ ਦਿਨ ਉਹਨਾਂ ਦੀ ਸ਼ਹੀਦੀ ਹੋਈ ਸੀ ਨੌਜਵਾਨ ਪੀੜ੍ਹੀ ਲਗਾਤਾਰ ਭੁੱਲਦੀ ਜਾ ਰਹੀ ਹੈ ਆਪਣੇ ਸ਼ਹੀਦਾਂ ਨੂੰ ਤੁਹਾਨੂੰ ਕੀ ਲੱਗਦਾ ਕੀ ਕਰਨਾ ਚਾਹੀਦਾ ਇਸ ਲਈ ਵੱਤ ਵੱਤ ਸੈਮੀਨਾਰ ਹੋਣੇ ਚਾਹੀਦੇ ਪਹਿਲੀ ਗੱਲ ਤਾਂ ਮਤਲਬ ਜਨਤਾ ਚ ਅਵੇਅਰਨੈਸ ਜਾਦੀ ਜ਼ਰੂਰੀ ਹੈ ਪਹਿਲ ਕਦਮੀ ਕਿਸੇ ਤਰ੍ਹਾਂ ਦੀ ਕੀਤੀ ਜਾਵੇ ਯੂਨੀਵਰਸਿਟੀ ਸੈਮੀਨਾਰ ਕੋਈ ਪ੍ਰੋਗਰਾਮ ਕੀਤਾ ਜਾਣਾ ਚਾਹੀਦਾ ਐਸੇ ਭਾਵੇਂ ਐਜੇ ਪ੍ਰੋਫੈਸਰਾਂ ਦੁਆਰਾ ਕੀਤਾ ਜਾਵੇ ਕੋਈ ਸਟੂਡੈਂਟਸ ਜਥੇਬੰਦੀ ਵੱਲੋਂ ਕੀਤਾ ਜਾਵੇ ਕਿਸੇ ਵੱਲੋਂ ਵੀ ਪ੍ਰੋਗਰਾਮ ਚਾਹੀਦਾ ਬੱਦ ਹੋ ਨਹੀਂ ਰਹੇ ਕਾਰਨ ਕੀ ਸਮਝ ਕਿਉਂਕਿ ਦੇਖੋ ਇਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਤਾਂ ਜੋ ਜਿਨ੍ਹਾਂ ਨੌਜਵਾਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਘਟਾ ਘਟ ਪਤਾ ਲੱਗ ਸਕੇ ਹੋ ਨਹੀਂ ਰਹੇ ਇਦਾਂ ਦੇ ਪ੍ਰੋਗਰਾਮ ਕਿਉਂ ਨਹੀਂ ਹੋ ਰਹੇ ਤੁਹਾਨੂੰ ਕੀ ਕਾਰਨ ਆਉਂਦਾ ਉਹ ਹੋ ਰਹੇ ਆ ਕੁਝ ਲੈਵਲ ਤੇ ਹੋ ਰਹੇ ਆ ਕੁਝ ਲੈਵਲ ਤੇ ਨਹੀਂ ਹੋ ਰਹੇ ਜਿਵੇਂ ਮਤਲਬ ਯੂਨੀਵਰਸਿਟੀਆਂ ਵਿੱਚ ਵੀ ਕਰ ਰਹੇ ਆ ਕੁਝ ਮਤਲਬ ਮਤਲਬ ਛੋਟੀ ਵੱਲੋਂ ਹੀ ਨਹੀਂ ਮਤਲਬ ਲਾਉ ਕੀਤਾ ਜਾਂਦਾ ਮਤਲਬ ਇਸ ਤਰ੍ਹਾਂ ਦੇ ਪ੍ਰੋਗਰਾਮ ਨਹੀਂ ਹੋਣ ਦਿੱਤੇ ਜਾਂਦੇ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਯੋਧੇਰ ਸਿੰਘ ਹੈ ਜੀ ਯੋਧੇਰ ਕਿੱਦਾਂ ਦੇਖਦੇ ਹੋ ਅੱਜ ਸ਼ਹੀਦੀ ਦਿਹਾੜਾ ਸ਼ਹੀਦ ਉਦਮ ਸਿੰਘ ਦਾ ਕਿਤੇ ਵੀ ਉਹਨੂੰ ਯਾਦ ਨਹੀਂ ਕਰ ਰਹੇ ਲੋਕ ਨੌਜਵਾਨ ਪੀੜ੍ਹੀ ਵੀ ਲਗਾਤਾਰ ਆਪਣੇ ਸ਼ਹੀਦਾਂ ਨੂੰ ਭੁੱਲਦੀ ਜਾ ਰਹੀ ਜਿਨ੍ਹਾਂ ਕਰਕੇ ਅਸੀਂ ਆਜ਼ਾਦ ਆ ਕਿੱਦਾਂ ਦੇਖਦੇ ਆ ਜੀ ਚੀਜ਼ ਨੂੰ ਤੇ ਕੀ ਕਰਨਾ ਚਾਹੀਦਾ ਤਾਂ ਜੋ ਆਪਣੇ ਸ਼ਹੀਦਾਂ ਨੂੰ ਘਟੋ ਘਟ ਯਾਦ ਰੱਖਿਆ ਜਾਵੇ ਆਪਾਂ ਨੂੰ ਮਾਰਚ ਕਰਨਾ ਚਾਹੀਦਾ ਜੀ ਕਿ ਆਪਾਂ ਦੱਸ ਸਕੀਏ ਕਿ ਆਪਣੇ ਜਿਹੜੇ ਮੇਰੇ ਆਪਣੇ ਦੋਸਤਾਂ ਜਾਂ ਮਿੱਤਰਾਂ ਐ ਉਹਨਾਂ ਨੂੰ ਪਤਾ ਲੱਗੇ ਕਿ ਅੱਜ ਦਿਨ ਕੀ ਹੋਇਆ ਸੀ ਤੇ ਜੋ ਭੁੱਲ ਚੁੱਕੇ ਤਾਂ ਉਹਨਾਂ ਨੂੰ ਯਾਦ ਕਰਵਾਇਆ ਜਾਵੇ ਜਿਵੇਂ ਆਪਾਂ ਆਮ ਹੀ ਕੈਂਟਲ ਮਾਰਚ ਕਰਦੇ ਹਾਂ ਉਹਨਾਂ ਕਰਕੇ ਵੀ ਆਪਾਂ ਕਰ ਸਕਦੇ ਹਾਂ ਤੁਹਾਨੂੰ ਕੀ ਲੱਗਦਾ ਕਿਉਂ ਭੁੱਲਦੇ ਜਾ ਰਹੇ ਨੌਜਵਾਨ ਤੇ ਕਿਹੜੇ ਹੁਣ ਜਿਹੜਾ ਮਾਡਰਨ ਯੁੱਗ ਹੈ ਦੇ ਵਿੱਚ ਕਿਹੜੇ-ਕਿਹੜੇ ਉਪਰਾਲੇ ਕਰਨੇ ਚਾਹੀਦੇ ਤਾਂ ਜੋ ਹਰੇਕ ਨੌਜਵਾਨ ਆ ਉਹਨੂੰ ਆਪਣੇ ਘੱਟੋ-ਘੱਟ ਸ਼ਹੀਦਾਂ ਦੀ ਯਾਦ ਹੋਵੇ ਸ਼ਹੀਦਾਂ ਦੀ ਕਦੋਂ ਸ਼ਹੀਦੀ ਹੋਈ ਸੀ ਕਦੋਂ ਉਹਨਾਂ ਦਾ ਜਨਮ ਦਿਹਾੜਾ ਤੁਹਾਨੂੰ ਕੀ ਲੱਗਦਾ ਕੀ ਕੋਸ਼ਿਸ਼ ਕਰਨੀ ਚਾਹੀਦੀ ਸੈਮੀਨਾਰ ਹੋਣੇ ਚਾਹੀਦੇ ਜੀ ਵੱਤ ਵੱਤ ਲੱਗਣੇ ਚਾਹੀਦੇ ਫੇਰ ਇਹਨਾਂ ਦੇ ਬਾਰੇ ਯਾਦ ਕਰ ਸਕਦੇ ਆ ਜੀ ਅੱਜਕੱਲ੍ਹ ਆਧੁਨਿਕ ਯੁੱਗ ਆਪਾਂ ਕਹਿ ਲਈ ਵੀ ਅੱਜਕੱਲ੍ਹ ਮੋਬਾਈਲਾਂ ਤੇ ਹਰੇਕ ਬੰਦਾ ਹੈਗਾ ਮੋਬਾਈਲਾਂ ਵਿੱਚ ਥਰੂ ਵੀ ਜਾਗਰੂਕਤਾ ਫੈਲ ਸਕਦੀ ਹੈ ਤੁਹਾਡੇ ਹਿਸਾਬ ਨਾਲ ਹਾਂਜੀ ਫੈਲ ਸਕਦੀ ਹੈ ਜੀ ਕਿਉਂਕਿ ਅੱਜਕੱਲ੍ਹ ਮੀਡੀਆ ਦਾ ਰੋਤਾ ਹੀ ਤੇ ਮੀਡੀਆ ਰਾਹੀਂ ਸਭ ਕੁਝ ਕਿਸੇ ਨੂੰ ਸਭ ਪਤਾ ਲੱਗਦਾ ਰਹਿੰਦਾ ਹੀ ਕਿਉਂਕਿ ਉਹ ਵੈਸੇ ਉਹ ਸ਼ੋਅ ਨਹੀਂ ਕਰਦਾ ਚਾਹੁੰਦੇ ਮੇਰੇ ਜਿੱਥੇ ਤੱਕ ਮੈਂ ਸੋਚਦਾ ਕਿ ਉਹ ਕਿ ਕਰ ਸਕਦੇ ਆ ਜੀ ਪਰ ਉਹ ਕਰਨਾ ਨਹੀਂ ਚਾਹੁੰਦਾ ਕਰਨਾ ਨਹੀਂ ਕਿ ਕੀ ਕਾਰਨ ਸੰਦ ਕਿਉਂ ਨਹੀਂ ਕਰਨਾ ਚਾਹੁੰਦਾ ਕੀ ਟਾਈਮ ਨਹੀਂ ਕੱਟਣਾ ਚਾਹੁੰਦੇ ਜੀ ਜਿਹੜੀ ਮੇਨ ਗੱਲ ਹੈ ਜੀ ਨਾ ਹੋਰ ਕੰਮ ਵਾਸਤੇ ਟਾਈਮ ਕੱਢ ਸਕਦੇ ਪਰ ਜਿਹੜਾ ਆਪਣਾ ਮੇਨ ਮਕਸਦ ਹੈ ਉਹਦੇ ਵਾਸਤੇ ਟਾਈਮ ਨਹੀਂ ਕੱਟਣਾ ਚਾਹੁੰਦੇ ਕਿਤੇ ਅਸਲ ਮਕਸਦ ਜਿਹੜਾ ਉਹਨੂੰ ਭੁੱਲਦੇ ਜਾ ਰਹੀ ਹੈ ਨੌਜਵਾਨ ਪੀੜੀ ਲੰਡਨ ਵਿੱਚ ਅਡਵੈਰ ਨੂੰ ਗੋਲੀ ਮਾਰ ਕੇ ਜੇ ਉਦਮ ਸਿੰਘ ਬਦਲਾ ਲੈਂਦਾ ਨਾ ਹਿੱਕ ਤਾਣ ਕੇ ਆਪਾ ਤੁਰਦੇ ਨਾ ਤੇ ਸਾਨੂੰ ਕੋਈ ਪੰਜਾਬੀ ਕਹਿੰਦਾ ਨਾ ਅਣਖ ਦੀ ਜਿਹੜੀ ਉਦਾਹਰਣ ਸੀ ਅੱਜ ਸ਼ਹੀਦ ਉਦਮ ਸਿੰਘ ਦਾ ਸ਼ਹੀਦੀ ਦਿਹਾੜਾ ਕਿਤੇ ਨਾ ਕਿਤੇ ਨੌਜਵਾਨ ਪੀੜੀ ਹੈ ਉਹਨਾਂ ਨੂੰ ਭੁੱਲਦੇ ਜਾ ਰਹੀ ਹੈ ਕਾਫੀ ਹੱਦ ਤੱਕ ਨੌਜਵਾਨ ਜਿਹੜੇ ਨੇ ਸੁਚੇ ਪਰ ਕਿਤਨੇ ਕਿਤੇ ਉਹਨਾਂ ਦੀ ਸ਼ਹੀਦੀ ਨੂੰ ਜਿਹੜਾ ਯਾਦ ਕਰਨਾ ਚਾਹੀਦਾ ਜਾਂ ਬੰਦਾ ਸਨਮਾਨ ਮਿਲਣਾ ਚਾਹੀਦਾ ਉਹ ਨਹੀਂ ਮਿਲ ਰਿਹਾ ਲੋੜ ਹੈ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਅਤੇ ਪਰਿਵਾਰਾਂ ਨੂੰ ਜਾਗਰੂਕ ਹੋਣ ਦੀ ਘੱਟੋ-ਘੱਟ ਜਿਨ੍ਹਾਂ ਕਰਕੇ ਅਸੀਂ ਆਜ਼ਾਦੀ ਮਾਨ ਰਹਿਆ ਉਹਨਾਂ ਸ਼ਹੀਦਾਂ ਨੂੰ ਉਹਨਾਂ ਯੋਧਿਆਂ ਨੂੰ ਯਾਦ ਰੱਖਿਆ ਜਾਵੇ